ਵੀਰ ਦਾ ਮੁੰਡਾ ਵੀਰ ਦਾ ਆਖਰੀ ਟਾਈਮ ਤੁਹਾਡੀ ਕੋਈ ਗੱਲਬਾਤ ਹੋਈ ਹੋਵੇ ਫਖਰ ਤੇ ਬੜਾ ਮਹਿਸੂਸ ਹੋਇਆ। ਪੁੱਤ ਨੇ ਸਿੱਧੀ ਲਈ ਜੋ ਕਿੰਨਾ ਚਿਰ ਹੋ ਗਿਆ ਫੌਜ ਚ ਭਰਤੀ ਕੀਤੀ? 3 ਸਾਲ ਸਾਰੇ ਰਹਿ ਗਏ ਹੁਣ ਸਰ ਖਤਮ ਹੀ ਸੰਦਰਾ ਸਰ। ਇਹਨਾਂ ਦੇ ਪਿਤਾ ਵੀ ਪਹਿਲਾਂ ਫੌਜ ਦੇ ਵਿੱਚ ਸੀ, ਕਿੰਨਾ ਮਾਣ ਮਹਿਸੂਸ ਕਰਦੇ ਜੋ? ਬੜਾ ਮਾਣ ਮਹਿਸੂਸ ਕਰਦੀ ਆ ਮੈਂ, ਹੁਣ ਮੈਂ ਆਪਣੇ ਪੁੱਤ ਦਾ ਮਾਣ ਪੂਰਾ ਕਰਦੀ ਆ। ਮੇਰਾ ਪੁੱਤ ਮਾਣ ਨਾ ਆਇਆ ਆ, ਮੇਰਾ ਪੁੱਤ ਮਾਣ ਨਾ ਆਇਆ ਵਾ। ਛੋਟਾ ਪੁੱਤ ਵੀ ਦੇਸ਼ ਦੀ ਸੇਵਾ ਕਰ ਰਿਹਾ? ਹਾਂ ਵੀ ਦੇਸ਼ ਦੀ ਸੇਵਾ ਕਰਦਾ ਵਾ, ਉਹ ਵੀ ਦੇਸ਼ ਦੀ ਸੇਵਾ। ਅਖੀਰਲੀ ਵਾਰੀ ਕਦੋਂ ਗੱਲ ਹੋਈ ਤੁਹਾਡੀ ਕੋਈ ਗੱਲਬਾਤ? ਕੀ ਕੱਲ ਮੇਰੀ 2:30 ਵਜੇ ਗੱਲ ਹੋਈ। ਅੱਛਾ, ਤੇ ਸਵੇਰ ਵੀ 12:00 ਵਜੇ ਵੀ ਕੀਤੀ ਆ, ਤੇ 2:30 ਵਜੇ ਵੀ ਕੀਤੀ ਹੈ, ਵੀਡੀਓ ਕਾਲ ਕੀਤੀ ਮੇਰੇ ਨਾਲ। ਮੈਨੂੰ ਆਉਂਦਾ ਮਾਂ ਕੀ ਕਰਨ ਡਈ, ਮੈਂ ਰੋਟੀ ਖਾਣ ਲੱਗੀ ਪੁੱਤ, ਰੋਟੀ ਖਾਣ ਡਈ ਆ ਮੈਂ, ਮੇਰੇ ਪੁੱਤ ਦੀ ਗੱਲ ਹੋਈ, ਵੀਡੀਓ ਕਾਲ ਕੀਤੀ ਹੈ। ਉਦੋਂ ਵਾਧਾ ਨਹੀਂ ਹੋਈ, ਉਦੋਂ ਠੀਕ ਠਾਕ ਸੀ? ਉਦੋਂ ਠੀਕ ਠਾਕ ਸੀ। ਬੇਟਾ ਵਿਆਹ ਸੀ? ਇਹ ਵਿਆਹਿਆ ਬੇਟਾ ਕਾਕਾ ਦਾ। ਪਤਾ ਲੱਗਾ ਕਿਵੇਂ ਉੱਥੇ ਮੌਤ ਹੋਈ? ਮੌਤ ਮੈਂ ਉਹ ਵੀ ਇੱਥੇ ਮੁੰਡਾ ਸਾਡਾ ਉਹ, ਉਹਨੂੰ ਪਤਾ, ਮੈਨੂੰ ਤਾਂ ਇਹਨਾਂ ਦੱਸਿਆ ਹੀ ਨਹੀਂ, ਪੁੱਤ ਮੇਰਿਆ ਆਂਦੇ ਅਟੈਕ ਹੋ ਗਿਆ। ਮੇਰਾ ਵੀਰ ਭਲਵਾਨ ਸੀ ਕਬੱਡੀ ਦਾ, 8 ਸਿਖਲਾਈ ਦਾ ਮੇਰਾ ਵੀਰ ਭਲਵਾਨ ਸੀ, ਸਾਰੀ ਯੂਨਿਟ ਸ਼ਿਫਟ ਕਰਦੀ ਆ। ਮੇਰਾ ਵੀਰ ਇੱਦਾਂ ਹੀ ਅਟੈਕ ਹੋ ਕੇ ਮਰ ਗਿਆ, ਪਤਾ ਹੀ ਨਹੀਂ ਲੱਗਾ ਮੇਰੇ ਵੀਰ ਨੂੰ ਕੀ ਹੋ ਗਿਆ। ਉਹ ਮੇਰਾ ਬੱਬਰ ਸ਼ੇਰ ਵੀਰ ਸੀ, ਦੋਵੇਂ ਭਰਾ ਇਕੱਠੇ ਚਲਾਉਣ ਚੱਲਦੇ ਸੀਗੇ। ਮੇਰੇ ਵੀਰ ਦੇ ਅੜੇ ਅੜੇ ਤਕੜੇ ਡੌਲੇ ਸੀ, ਮੇਰੇ ਵੀਰ ਨੂੰ ਪਤਾ ਨਹੀਂ ਕੀ ਹੋ ਗਿਆ, ਜਾਣਕੀ ਆਊਟ ਪਾਸ ਆਇਆ ਸੀ, ਆਊਟ ਪਾਸ ਆਇਆ ਸੀਗਾ ਮੇਰਾ ਵੀਰ, ਸ਼ਨੀ ਐਤਵਾਰ ਆਊਟ ਪਾਸ ਆਇਆ ਸੀ। ਆਪਣੇ ਮੁੰਡੇ ਦਾ ਮਿਲ ਕੇ ਗਿਆ, ਉਹਨੂੰ ਕਹਿੰਦਾ ਮੈਂ ਉਹਦਾ ਉਹ ਤੇਂਦੂਆ ਕਟਾਉਣਾ ਵਾ, ਅਤੇ ਮੇਰੇ ਨਾਲ ਗੱਲ ਕੀਤੀ ਵੀਰ, ਕਹਿੰਦਾ ਇੱਥੇ ਧਿਆਨ ਨਾਲ ਰਹੀ, ਇੱਥੇ ਖਤਰਾ ਬੜਾ ਹੀ, ਇੱਥੇ ਆਪਦਾ ਪਤਾ ਹੀ ਨਹੀਂ ਵੀਰ ਮੇਰੇ ਨੇ ਪਹਿਲਾਂ ਚੱਲ ਜਾਣਾ ਆ। ਮੈਨੂੰ ਕਹਿੰਦਾ ਇੱਥੇ ਨਸ਼ਾਰੇ ਖਤਰਾ ਬੜਾ ਹੀ, ਜਿੱਥੇ ਤੇਰੀ ਜੁੰਟਿਆ ਆਉਂਦਾ ਮੈਂ ਇੱਥੇ ਰਹਿ ਕੇ ਗਿਆ ਵਾਂ, ਬੜਾ ਫੈਰ ਆਉਂਦਾ ਇੱਥੇ। ਮੇਰੇ ਨਾਲ ਸ਼ਨੀ ਐਤਵਾਰ ਹੋਈ ਮੇਰੇ ਨਾਲ ਗੱਲ, ਮੈਨੂੰ ਕਹਿੰਦਾ ਇੱਥੇ ਧਿਆਨ ਨਾ ਰਹੀ, ਮੇਰੇ ਨਾਲ ਧਿਆਨ ਨਾ ਰਹੀ, ਕਹਿੰਦਾ ਇਹ ਵੀ ਇੱਥੇ ਖਤਰਾ ਬੜਾ ਨਸ਼ਾਰੇ, ਕਹਿੰਦਾ ਇਹ ਤਾਂ ਮੈਂ ਜੁੰਟ 'ਚ ਰਹਿ ਕੇ ਗਿਆ, ਇੱਥੇ ਬਹੁਤ ਫੈਰ ਆਉਂਦਾ ਆ। ਮੈਨੂੰ ਕਹਿੰਦਾ ਧਿਆਨ ਨਾ ਰਹੀ, ਇੱਥੇ ਆਪਦਾ ਪਤਾ ਹੀ ਨਹੀਂ ਮੇਰਾ ਵੀਰ ਚੱਲ ਗਿਆ, ਮੇਰਾ ਵੀਰ ਦੇਸ਼ ਲਈ ਸ਼ਹੀਦ ਹੋਇਆ ਵਾ, ਮੈਨੂੰ ਫਖਰ ਆ, ਮੇਰੇ ਪੂਰੇ ਪਰਿਵਾਰ ਨੂੰ ਫਖਰ ਆ, ਮੇਰਾ ਦੇਸ਼ ਵੀ ਸ਼ਹੀਦ ਹੋਇਆ, ਮੇਰਾ ਵੀਰ, ਮੇਰਾ ਡੈਡੀ ਵੀ ਫੌਜੀ ਸੀਗਾ, ਡੈਡੀ ਮੇਰੇ ਵੀ ਫੌਜੀ ਸੀਗੇ, ਮੈਂ ਵੀ ਫੌਜੀ ਹਾਂ, ਮੇਰੀ 3 ਸਿਖਲਾਈ ਜੁੰਟਿਆ, ਮੇਰੇ ਵੀਰ ਨੂੰ ਪੂਰਾ ਗਰਵ ਆ, ਦੇਸ਼ ਦੇ ਪੂਰਾ ਮੇਰੇ ਪਰਿਵਾਰ ਨੂੰ ਗਰਵ ਆ। ਇਹ ਜਵਾਨ 8 ਸਿਖਲਾਈ ਫਤਿਹਪੁਰ ਬਟਾਲੀਅਨ ਦਾ ਜਵਾਨ ਆ, ਤਕਰੀਬਨ ਸਾਡੀ ਯੂਨਿਟ ਸ਼ਾਮ ਬਾਅਦ ਡਿਪਲਾਈ, ਅਤੇ ਕੱਲ੍ਹ 5:00 ਵਜੇ ਦੀ ਮਤਲਬ ਖਬਰ ਮਿਲੀ ਕਿ ਤਾਂ ਡਿਊਟੀ ਦੇ ਦੌਰਾਨ ਗਿਰ ਗਿਆ, ਡਿੱਗਣ ਤੋਂ ਬਾਅਦ 'ਚ ਇਹਨੂੰ ਹੋਸਪਿਟਲ ਲੈ ਕੇ ਕਿਤੇ ਡਾਕਟਰ ਨੇ ਡੈਡ ਕੁਛ ਕਰ ਦਿੱਤਾ। ਕਾਰਨ ਪਤਾ ਲੱਗਾ ਕੀ? ਕਾਰਨ ਕੁਛ ਨਹੀਂ, ਮਤਲਬ ਹਾਰਟ ਅਟੈਕ ਦੀ, ਹਾਰਟ ਅਟੈਕ ਦੀ ਡਿਊਟੀ ਤੁਹਾਡੇ ਨਾਲ ਤਣਾਅ ਸੀ, ਅਤੇ ਕਿਵੇਂ ਦਾ ਬਿਹੇਵ? ਤਕਰੀਬਨ 10-11 ਸਾਲ ਨੌਕਰੀ ਹੈ ਜੀ, ਉਹ ਬਿਹੇਵੀਅਰ ਤਾਂ ਬਹੁਤ ਹੀ ਇਹੋ ਜਿਹੇ ਜਵਾਨ ਫੌਜ ਵਿੱਚ ਆਉਣੇ ਅੱਗੇ ਤੋਂ ਮੁਸ਼ਕਿਲ ਹੀ ਹੈ। ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਵੈਸੇ ਵੀ ਅਗਨੀ ਪ੍ਰਥਾ ਚੱਲ ਗਈ ਹੈ, ਪਰ ਇਸ ਤਰ੍ਹਾਂ ਦੇ ਮੋਟੀਵੇਟਡ ਜਵਾਨ ਬਹੁਤ ਹੀ ਘੱਟ ਮਿਲਦੇ ਆ। ਬਹੁਤ ਹੀ ਇੱਕ ਤਗੜਾ ਪਲੇਅਰ ਵੀ, ਰੈਸਲਰ ਵੀ, ਬੋਕਸਰ ਵੀ, ਬਹੁਤ ਹੀ ਵਧੀਆ ਡਿਊਟੀ ਪਾਈ ਗਈ ਜੀ।
ਔਰ ਬਹੁਤ ਵਧੀਆ ਜਵਾਨ ਸੀ, ਬੜਾ ਇਮਾਨਦਾਰ ਬੰਦਾ ਸੀ। ਇੱਕ ਦੇਸ਼ ਨੂੰ ਘਾਟਾ ਪਿਆ, ਬਹੁਤ ਵੱਡੀ ਦੇਸ਼ ਨੂੰ ਤਾਂ ਪਿਆ, ਸਾਡੀ ਯੂਨਿਟ ਨੂੰ ਬਹੁਤ ਵੱਡਾ ਘਾਟਾ ਪਿਆ ਸੀ ਇਸ ਦਾ, ਕਿ ਇਸ ਤਰ੍ਹਾਂ ਦੇ ਜਵਾਨ ਅੱਗੇ ਤੋਂ ਸਾਨੂੰ ਸ਼ਾਇਦ ਨਾ ਹੀ ਮਿਲਣ। ਜਿਵੇਂ ਦੇਖਦੇ ਕਿ ਇਹਦੇ ਪਿਤਾ ਵੀ ਫੌਜ 'ਚ, ਇੱਕ ਛੋਟਾ ਭਰਾ ਵੀ ਫੌਜ 'ਚ, ਆਪ ਵੀ ਫੌਜ, ਸਾਰਾ ਪਰਿਵਾਰ ਹੀ ਜੀ। ਕਿਵੇਂ ਦੇਖਦੇ ਸਾਰੇ ਪਰਿਵਾਰ ਦੀ ਸੇਵਾ ਨੂੰ? ਬਾਕੀ ਜੋ ਵੀ ਹੁਣ ਕਰ ਰਹੇ ਆਪਣਾ ਸਰਕਾਰ ਨਾਲ, ਜੋ ਵੀ ਆਪਣਾ